और पटियाला के एसएसपी वरुण शर्मा ने प्रेस कॉन्फ्रेंस की है और जिसमें जानकारी देते हुए उन्होंने कहा है कि पिछले दिनों में राजपुरा में एक सिद्धू फाइनेंस और प्रॉपर्टी डीलर के ऊपर फायरिंग की गई थी और इसके तहत फायरिंग करने वाले 3 आरोपियों को गिरफ्तार कर लिया गया है, जिसके पास से एक पिस्टल, 5 जिंदा कारतूस और एक बाइक बरामद की गई है। एसएसपी ने कहा कि तफ्तीश जारी है और जो भी व्यक्ति सामने आएगा उसके ऊपर भी कार्रवाई की जाएगी। ਕੱਲ VPN ਨੈਟਵਰਕ ਹੁੰਦਾ VPN ਨੈਟਵਰਕ 'ਚ ਤੁਹਾਡਾ ਜਿਹੜਾ IP ਐਡਰੈਸ ਆ ਉਹ ਕ੍ਰਿਮੀਨਲਸ ਗੈਂਗਸਟਰਸ ਅਤੇ ਸਮਾਜ ਵਿਰੋਧੀ ਸ਼ਰਾਰਤੀ ਅਨਸਰ ਜਿਹੜੇ ਹੈਗੇ ਉਹਨਾਂ ਖਿਲਾਫ ਅਸੀਂ ਇੱਕ ਸਸਟੇਨਡ ਮੁਹਿੰਮ ਚਲਾਈ ਹੋਈ ਹੈ ਬੜੀ ਸਰਗਰਮੀ ਨਾਲ। ਉਸ ਮੁਹਿੰਮ 'ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਦੋਂ 6 ਜੂਨ ਨੂੰ ਸਿੱਧੂ ਫਾਈਨੈਂਸ ਕੰਪਨੀ ਜਿਹੜੀ ਰਾਜਪੁਰਾ 'ਚ ਹੈਗੀ ਆ ਅਤੇ ਉਹਦਾ ਮਾਲਿਕ ਜਿਹੜਾ ਸਰਬਜੀਤ ਸਿੰਘ ਆ ਉਹਦੀ ਫਾਈਨੈਂਸ ਦੀ ਸ਼ੌਪ 'ਤੇ 3-4 ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਅੰਨੇ ਵਾਰ ਐਂਡ ਉੱਥੋਂ ਫਰਾਰ ਹੋ ਗਏ ਸੀ। ਉਸ ਤੋਂ ਬਾਅਦ SP ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, DSP ਇਨਵੈਸਟੀਗੇਸ਼ਨ ਸੁਖਮਰਤ ਸਿੰਘ ਰੰਧਾਵਾ ਅਤੇ 3-4 CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਜਿਹੜੀ ਟੀਮਾਂ ਨੇ ਉਹ ਇਹ ਟੀਮਾਂ ਇਹਨਾਂ ਦੋਸ਼ੀਆਂ ਦੇ ਪਿੱਛੇ ਬੜੀ ਸਰਗਰਮੀ ਨਾਲ ਲੱਗ ਗਈਆਂ ਸੀ। ਅੱਜ ਅਸੀਂ 3 ਦੋਸ਼ੀ ਉਸ ਵਾਰਦਾਤ 'ਚ ਅਰੈਸਟ ਕੀਤੇ, ਜਿਨ੍ਹਾਂ ਦਾ ਨਾਂ ਆਕਾਸ਼ਦੀਪ, ਰੋਹਿਤ ਅਤੇ ਦਮਨਪ੍ਰੀਤ ਉਰਫ ਦਮੀ ਹੈਗਾ। ਇਹ 3 ਬੰਦਿਆਂ ਤੋਂ ਜਿਹੜੇ ਫਾਇਰਿੰਗ ਕਰਨ ਲਈ ਦੋਨੇ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀ, ਇਹੀ ਦੋਨੇ ਵੈਪਨ ਵੀ ਰਿਕਵਰ ਹੋ ਗਏ, ਇੱਕ ਮੋਟਰਸਾਈਕਲ ਵੀ ਰਿਕਵਰ ਹੋ ਗਿਆ।